مدنيا. بأخيه يصد الله مصمى بيليا وبنوها بتولين بوالدتها والسبتها والشبلها وهما ونجل زكي ما بيسجا ودي وبيل باكره والصادق حقا وبموسى ورزا وتقيا ونقيا ومزل اسكر والحجات القائم بالحق الذي يزرب مصائف بحكم ازليا بتقبل بقبولين حسن ربا دعا ناؤں بے علیان بے علیان ناؤں بے علی یا صاحب زمان وادرک ناؤں بے حق دم اللہ فضل شہدہ اللہم صلی علی محمد و آل محمد صلوات کائنات دا خالق تو ٹریا منظور فرما سیدزادے دا صفے ماتم وچھایا اپنی بارگاہ وچ قبول فرما ہر مومن موالی نو مولا ہر تکلیف پریشانی تو محفوظ فرما جنہیں جنہیں مومنا میرے ذمے دعائیں لائی ہوئی اپنی بارگاہ وچ قبول فرماوے میں حقیر دی نوکری اپنی بارگاہ وچ قبول فرماوے ساری پہلی تے آخری بہت وڈی دعا ہے ساڈے بارویں امام زمانہ دا جل ظہور فرما سکون قلب مہیا نماز کرتی ہے زندگی دراز ہو تھوڑی مولا حسین تو سلامت رکھے سکون قلب مہیا نماز کرتی ہے غموں دکھوں سے ہمیں بے نیاز کرتی ہے بسم اللہ سکون قلب مہیا نماز کرتی ہے غموں دکھوں سے ہمیں بے نیاز کرتی ہے علی کی ضرب جو افضل ہے کل عبادتوں سے حسین وہ بھی تیرے سجدے پہ ناز کرتی ہے سلامت رہو سلامت رہو زندگی ہو مولا حسین تو سلامت رکھے سخی بادشاہ تو رنگ لاوے مسجد میں پڑے رہتے ہیں چٹائی پر دن رات تھکے تو نہیں بیٹھے مسجد میں پڑے رہتے ہیں چٹائی پر دن رات محمد کے عزا خانے میں سر خم نہیں کرتے توجہ بھائی مسجد میں پڑے رہتے ہیں چٹائی پر دن رات محمد کے عزا خانے میں سر خم نہیں کرتے سجدے میں ہوا قتل محمد کا نواسا یہ کیسے نمازی ہیں جو ماتم نہیں کرتے سلامت رہو مولا حسین پر سلامت رکھے سخی بادشاہ تو رنگ لگ خوش قسمت ہے او انسان جیندہ علی جیا امام ہے علی امام صرف شیعہ تے سنیا دا نہیں علی امام پوری کائنات دا امام ہے اگو ہر کائن دے ظرف دی باتیں کوئی من لوے توتی علی علی ہے کوئی نہ منے بولو تو صحیح انہاں دے بارے سوچنا نہیں چاہی دا انہاں من لونا چاہی دا جنہاں سوچے ہیں او شیطان بن گئے جنہاں صرف من لیا او سلیمان بن گئے این دے کریم ان اید لجپال ان انسان دی غربت نہیں دے دے جہداد نہیں دے دے نیت پسند آونے کہنو ماچ سڑین دن سلامت رہو بھائی سلامت رہو بھائی نیت پسند آوے کہنو نانا چس دین دین انہاں دے دروازے تے تم اسا نہیں پین دے انہاں دے دروازے تے ملیک سوال لین انہاں دے دروازے تے نبی سوال لین
ਯਮਨ ਦਾ ਵਸਦਾ ਹੈ ਭਾਈ ਜਾਨ। ਤਾਰੀਖ ਵਾਲੇ ਨਾਂ ਜਿਹਦਾ ਅਬੂ ਸਮਸਾਮ ਲਿਖਾ ਹੈ ਆਪਣੇ ਵਤਨ 'ਤੇ ਆਪਣੇ ਮੁਲਕ 'ਚ ਮਸ਼ਹੂਰੀ ਸੁਣੀ ਸੋ ਮੁਸਲਮਾਨਾਂ ਦਾ ਇੱਕ ਨਬੀ ਆਇਆ ਜਾਂ ਨਾਂ ਜਿਹਦਾ ਮੁਹੰਮਦ ਹੈ ਕੁਵਦ ਕਰੀਮ ਅਤੇ ਵੱਡਾ ਲਜਪਾਲ ਹੈ ਕਾਇਨਾਤ ਵਾਸਤੇ ਉਹ ਰਹਿਮਤ ਬਣ ਕੇ ਆਇਆ ਹੈ ਭਾਈ ਸੋਹਣਾ ਇਤਨਾ ਹੈ ਜਿਹੜਾ ਇੱਕ ਵਾਰੀ ਰੱਜ ਕੇ ਜ਼ਿਆਰਤ ਕਰੇ ਕਲਮਾ ਪੜ੍ਹੇ ਬਗੈਰ ਉਹ ਹਟਦਾ ਹੀ ਨਹੀਂ ਦਿਲ 'ਚ ਹਸਰਤ ਪੈਦਾ ਹੋਈ ਮੈਂ ਵੰਨਾਂ ਅਤੇ ਉਸ ਮੁਸਲਮਾਨਾਂ ਦੇ ਨਬੀ ਦੀ ਵੰਜ ਕੇ ਜ਼ਿਆਰਤ ਕਰਾਂ ਜੇ ਇਹ ਸਾਰੀਆਂ ਗੱਲਾਂ ਹੋਈਆਂ ਤਾਂ ਵੱਤ ਮੈਂ ਕਲਮਾ ਹੀ ਪੜਸਾਂ ਸ਼ੀਏ ਮਹਿਣੀਆਂ ਨੂੰ ਸਮਾਂ ਨੇ ਸਫ਼ਰ ਤਿਆਰ ਕੀਤਾ ਨਾਕਾ 'ਤੇ ਸਵਾਰ ਹੋ ਕੇ ਅਬੂ ਸਮਸਾਮ ਨੇ ਭਾਈ ਜਾਨ ਆਪਣਾ ਸਫ਼ਰ ਕਰਨਾ ਸ਼ੁਰੂ ਕੀਤਾ ਜੁੰਮੇ ਦਾ ਦਿਨ ਆਈ ਦੀਗਰ ਦਾ ਵਕਤ ਆਈ ਜਦੋਂ ਅਬੂ ਸਮਸਾਮ ਆਪਣੀ ਨਾਕਾ ਮਸਜਿਦ ਨਬੀ ਦੇ ਦਰ 'ਤੇ ਆ ਬਹਾਈ ਇੰਜ ਨਾਕਾ ਤੋਂ ਲੱਥਾਂ ਅਤੇ ਪਹਿਲੀ ਦੀਦੀ ਹਸਨੈਣ ਦੇ ਨਾਨੇ ਦੇ ਚਿਹਰੇ 'ਤੇ ਪਈ ਅਤੇ ਆਪਣੇ ਆਪ ਨੂੰ ਆਦੇ ਸੋਹਣਾ ਤਾਂ ਇੰਨੇ ਉਂਝੇ ਹੈ ਜਿਵੇਂ ਲੋਕ ਆਦੇ ਆਏ ਇੰਨੇ ਬੰਦੇ ਉਹਦੇ ਪਿੱਛੋਂ ਬਹਾਣ ਲੱਗਾ ਮੇਰੇ ਮੌਲਾ ਫਰਮਾਇਆ ਅਬੂ ਸਮਸਾਮ ਉੱਥੇ ਨਾ ਬਾਓ ਆ ਮੇਰੇ ਤਖ਼ਤ 'ਤੇ ਕੋਲ ਆ ਬਾਏ ਸ਼ਾਬਾਸ਼ ਭਾਈ ਸ਼ਾਬਾਸ਼ ਸਲਾਮਤ ਰਹੋ ਭਾਈ ਸਲਾਮਤ ਰਹੋ ਇੰਨੇ ਬੰਦਿਆਂ ਨੂੰ ਕਰਾਸ ਕਰੇਂਦੋ ਆ ਨਬੀ ਦੇ ਕੋਲ ਆਏ ਭਾਈ ਜਾਨ ਕਦਮ ਬੋਸ ਹੋਇਆ ਮੇਰੇ ਮੌਲਾ ਮੁਸਕਰਾ ਕੇ ਫਰਮਾਇਆ ਮੈਂ ਤੇਰਾ ਨਾਂ ਵੀ ਜਾਣਦਾ ਮੈਂ ਤੇਰਾ ਵਤਨ ਵੀ ਜਾਣਦਾ ਮੈਂ ਰਸੂਲ ਤੇਰਾ ਮਕਸਦ ਹੀ ਜਾਣਦਾ ਲੇਕਿਨ ਮੇਰਾ ਦਿਲ ਹੈ ਇੱਥਾਂ ਤਖ਼ਤ ਦੇ ਕੋਲ ਉੱਠੀ ਖੜੋ ਇੱਕ ਵਾਰੀ ਆਪਣਾ ਤਾਰਫ ਕਰਾ ਅਬੂ ਸਮਸਾਮ ਤਖ਼ਤ ਦੇ ਕੋਲ ਉੱਠੀ ਖੜਾ ਦਰਬਾਰੀਆਂ ਦੇ ਪਾਸੇ ਦੇਖ ਕੇ ਆਦਾ ਮੁਸਲਮਾਨੋ ਮੈਂ ਯਮਨ ਦਾ ਵਸਦਾ ਨਾ ਮੇਰੇ ਅਬੂ ਸਮਸਾਮ ਹੈ 5000 ਬੰਦੇ ਦਾ ਮੈਂ ਸਰਦਾਰ ਹਾਂ ਆਪਣੇ ਖਾਨਦਾਨ ਦਾ ਮੈਂ ਵਡੇਰਾ ਆਪਣੇ ਵਤਨ 'ਤੇ ਆਪਣੇ ਮੁਲਕ 'ਚ ਤੁਹਾਡੇ ਇਸ ਨਬੀ ਦੀ ਸ਼ੋਹਰਤ ਸੁਣੀਏ ਜੋ ਵੱਡਾ ਕਰੀਮ ਅਤੇ ਵੱਡਾ ਲਜਪਾਲ ਹੈ ਆਇਆ ਮੈਂ ਕਲਮਾ ਪੜ੍ਹਨਾ ਪਰ ਇੰਨਾ ਮੈਂ ਪੜ੍ਹਨਾ ਕੋਈ ਨਹੀਂ ਮੇਰੇ ਮੌਲਾ ਮੁਸਕਰਾ ਕੇ ਫਰਮਾਇਆ ਕਿਵੇਂ ਪੜਸੇ ਹੱਥ ਬਨ ਕੇ ਦੇ ਮੌਲਾ ਮੈਂ ਤਾਂ ਉੱਥੋਂ ਸੁਣਿਆ ਤੁਸੀਂ ਵੱਡੇ ਮੌਜਸ ਦੋ ਮਾਂ ਹੋ ਮੈਂ ਕੋਈ ਮੌਜਾ ਵੇਖਸਾਂ ਅਤੇ ਵੱਧ ਪੜਸਾਂ ਮੇਰੇ ਮੌਲਾ ਫਰਮਾਇਆ ਪਰੇਸ਼ਾਨ ਨਾ ਹੋ ਘਬਰਾ ਨਹੀਂ ਆਖੇ ਤਾਂ ਦਿਨ ਨੂੰ ਰਾਤ ਕਰ ਦੇਵਾਂ ਸ਼ਾਬਾਸ਼ ਭਾਈ ਸ਼ਾਬਾਸ਼ ਭਾਈ ਸ਼ਾਬਾਸ਼ ਭਾਈ ਸਲਾਮਤ ਰਹੋ ਭਾਈ ਸਲਾਮਤ ਰਹੋ ਰਾਤ ਨੂੰ ਦਿਨ ਕਰ ਦੇਵਾਂ ਮਸ਼ਰਕ ਨੂੰ ਮਗਰਬ ਕਰ ਦੇਵਾਂ ਮਗਰਬ ਨੂੰ ਮਸ਼ਰਕ ਕਰ ਦੇਵਾਂ ਹੱਥ ਬੰਨ ਕੇ ਅੱਧੇ ਮੌਲਾ ਏਡਾ ਵੱਡਾ ਮੌਜਾ ਨਹੀਂ ਵੇਖਦਾ ਬਸ ਉਹ ਜਿਹੜਾ ਸਾਹਮਣੇ ਖਜੂਰ ਵਾਲਾ ਦਰਖਤ ਖੜਾ ਹੈ ਉਹ ਤੁਹਾਡੇ ਤਖ਼ਤ ਦੇ ਪਾਸੇ ਟੁਰਦਾ ਹੀ ਆਵੇ ਤੁਹਾਡੀ ਨਬੂਵਤ ਦੀ ਗਵਾਹੀ ਵੀ ਦੇਂਦਾ ਆਵੇ ਥੱਕ ਕੇ ਬੈਠੇ ਹੋ ਮੈਂ ਤਾਂ ਬਹੁਤ ਜਲਦੀ ਪੜ੍ਹਦਾ ਕੱਲ ਸਲਾਮਤ ਰਹੋ ਭਾਈ ਮੌਲਾ ਹੁਸੈਨ ਤੁਹਾਨੂੰ ਸਲਾਮਤ ਰੱਖੇ ਹਸਨੈਨ ਦੇ ਨਾਂ ਨੇ ਹੁਕਮ ਨਹੀਂ ਦਿੱਤਾ ਮੇਰੇ ਮੌਲਾ ਸਿਰਫ ਡਿੱਠਾ ਹੈ ਖਜੂਰ ਦੇ ਦਰਖਤ ਨੇ ਆਪਣੀ ਜਗ੍ਹਾ ਹੀ ਛੋੜ ਦਿੱਤੀ ਤਖ਼ਤ ਦੇ ਪਾਸੇ ਟੁਰਦਾ ਹੀ ਆਉਂਦਾ ਹੈ ਹਰ ਪੱਤੇ 'ਚ ਆਵਾਜ਼ ਪਈ ਆਉਂਦਾ ਹੈ ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲ ਅੱਲਾਹ ਹੈਦਰੀ ਉਸਲੇ ਭਾਈ ਜਾਨ ਕਦਮਾਂ 'ਤੇ ਹੱਥ ਲਾ ਕੇ ਦੇ ਮੌਲਾ ਹੁਣ ਮੈਨੂੰ ਕਲਮਾ ਪੜ੍ਹਾਇਓ ਨਬੀਆਂ ਦੇ ਸਰਦਾਰ ਨਬੀ ਕਲਮਾ ਪੜ੍ਹਾਇਆ ਸ਼ੀਏ ਮਾਣੀਆਂ ਵੱਲੋਂ ਪਤਾ ਨਹੀਂ ਕਿਤਨੇ ਦੇ ਰਸੂਲ ਦਾ ਮਹਿਮਾਨ ਰਹੀਆ ਜਦੋਂ ਵਤਨ 'ਤੇ ਟੁਰਨ ਲੱਗਾ ਹੱਥ ਬੰਨ ਕੇ ਦੇ ਮੌਲਾ ਮੈਂ ਤੁਹਾਡਾ ਕਲਮਾ ਪੜ੍ਹ ਕੇ ਹੋ ਗਿਆ ਮੁਸਲਮਾਨ ਅਤੇ ਮੌਲਾ ਮੈਂ ਜੋ 5000 ਬੰਦੇ ਦਾ ਸਰਦਾਰ ਹਾਂ ਇਹ ਤੁਹਾਡਾ ਕਲਮਾ ਉਸ 5000 ਬੰਦੇ ਨੂੰ ਪੜ੍ਹਾ ਲਈ ਤਾਂ ਮੇਰਾ ਇਨਾਮ ਕਿਤਨਾ ਸੀ ਮੇਰੇ ਮੌਲਾ ਫਰਮਾਇਆ 100 ਉੱਠਦੇ ਸਾਂ 2 ਕੁਹਾਂਡਾ ਹੀਰੇ ਜਵਾਹਰਾਤ ਨਾਲ ਲੜੇ ਹੋਇਆ ਮੇਰੇ ਮੌਲਾ ਫਰਮਾਇਆ ਮੈਂ ਨਾਲ ਜੰਨਤ ਦੀ ਰਸੀਦ ਦੇ ਸਾਂ ਹੱਥ ਬੰਨ ਕੇ ਦੇ ਨਾਰਾਜ਼ ਨਾ ਹੋ ਤਾਂ ਤਹਰੀਰ ਤਾਂ ਮੈਨੂੰ ਲਿਖ ਦਿਓ ਨਬੀਆਂ ਦੇ ਸਰਦਾਰ ਨਬੀ ਉਹ ਤਹਰੀਰ ਲਿਖੀ ਭਾਈ ਜਾਨ ਉੱਤੇ ਨਬੂਵਤ ਦੀ ਮੁਹਰ ਲਾਈ ਅਬੂ ਸਮਸਾਮ ਤਹਰੀਰ ਲੈ ਕੇ ਟੁਰ ਪਿਆ ਅਜਾ 9 ਕਦਮਾਂ ਤਾਈਂ ਨਹੀਂ ਗਿਆ ਵੱਧ ਹੱਟ ਆਇਆ ਕਦਮਾਂ 'ਤੇ ਹੱਥ ਲਾ ਕੇ ਦਿਆ ਮੌਲਾ ਤੁਹਾਡੇ ਨਾਲ ਵਾਅਦਾ ਤਾਂ ਕਰ ਖੜਾ ਉਸ 5000 ਬੰਦੇ ਨੂੰ ਕਲਮਾ ਪੜੇ ਸਾਂ ਉਹਨਾਂ ਇੱਕ ਦੇ ਤਾਂ ਪੜ੍ਹਨਾ ਕੋਈ ਨਹੀਂ ਕਹਿ ਲੈ 2 ਪਰਸੈਂਟ ਕਹਿ ਲੈ 5 ਪਰਸੈਂਟ ਕਹਿ ਲੈ 10 ਪਰਸੈਂਟ ਪਤਾ ਨਹੀਂ ਉੱਥੇ ਮੇਰੇ ਕਿਤਨੇ ਦੇ ਲੱਗੇ ਅਤੇ ਮੌਲਾ ਮੌਤ ਹੱਕ ਕੇ ਹੋ ਸਕਦਾ ਹੈ ਮੈਂ ਉਦਾਂ ਹੀ ਮਰ ਵੰਨਾ
ਹੋ ਸਕਦਾ ਹੈ ਉਸ 5000 ਬੰਦਿਆਂ ਨੂੰ ਕਲਮਾ ਪੜ੍ਹਾ ਕੇ ਆਵਾਂ ਅਤੇ ਤੁਸਾਂ ਕੋਈ ਨਾ ਹੋਵੋ। ਮੇਰੇ ਮੌਲਾ ਫਰਮਾਇਆ ਪਰੇਸ਼ਾਨ ਨਾ ਹੋ, ਅਗਰ ਮੈਂ ਕੋਈ ਨਾ ਸਾਂ ਤਾਂ ਇਹ ਇਨਾਮ ਤੈਨੂੰ ਉਹ ਦੇ ਸੀ ਜਿਹੜਾ ਮੇਰਾ ਅਸਲੀ ਜਾਨ ਅਸ਼ੀਨ ਹੋ ਸੀ। ਸ਼ਾਬਾਸ਼ ਬਾਈ, ਸ਼ਾਬਾਸ਼, ਸਲਾਮਤ ਰਹੋ ਬਾਈ, ਸਲਾਮਤ ਰਹੋ ਬਾਈ, ਸਲਾਮਤ ਰਹੋ, ਜ਼ਿੰਦਗੀ ਦਰਾਜ਼ ਹੋਵੇ। ਆਪਣੇ ਵਤਨ 'ਤੇ ਆਇਆ, ਹੌਲੇ ਹੌਲੇ ਕਲਮਾ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਕਹਿ ਲਏ 5 ਬੰਦੇ ਪੜ੍ਹਨ, ਚੌਧਰੀ ਸਾਹਿਬ ਕਹਿ ਲਏ 10 ਪੜ੍ਹਨ, ਕਹਿ ਲਏ 15 ਪੜ੍ਹਨ, ਪਤਾ ਨਹੀਂ ਉੱਥੇ ਕਿਤਨੇ ਦੇਣ ਲੱਗੇ। ਜਦੋਂ ਅਬੂ ਸਮਸਾਮ ਨੇ 5000 ਬੰਦੇ ਨੂੰ ਕਲਮਾ ਪੜ੍ਹਾ ਲਿਆ ਅਤੇ ਇੱਕ ਦਿਨ ਆਪਣੇ ਆਪ ਉਹਨਾਂ ਦਾ ਵੰਨਾ ਰਸੂਲ ਤੋਂ ਆਪਣਾ ਇਨਾਮ ਤਾਂ ਲਾਇਆ ਵਾਂ ਬਾਈ ਜਾਨ। ਉਹਨਾਂ ਸਮਾਨ ਸਫ਼ਰ ਤਿਆਰ ਕੀਤਾ, ਉਹਨਾਂ ਨਾਕਤ ਸਵਾਰ ਹੋਇਆ, ਉਹਨਾਂ ਸਫ਼ਰ ਕਰਨਾ ਸ਼ੁਰੂ ਕੀਤਾ। ਹਾਂ, ਕੁਦਰਤੀ ਤੌਰ ਉਹਨਾਂ ਜੁੰਮੇ ਦਾ ਨਹੀਂ ਆਈ, ਉਹਨਾਂ ਦੀਗਰ ਦਾ ਵਕਤ ਆਈ। ਅਬੂ ਸਮਸਾਮ ਆਪਣੀ ਨਾਕਾ ਮਸਜਿਦ ਨਵੀ ਦੇ ਦਰ 'ਤੇ ਬਹਾਈ, ਦਰਬਾਰ 'ਚ ਨਿਗਾਹ ਮਾਰੀ, ਤਖ਼ਤ 'ਤੇ ਬਹਿਣ ਵਾਲਾ ਕੋਈ ਹੋਰ ਨਜ਼ਰ ਆਇਆ। ਅਤੇ ਇੱਕ ਬੰਦੇ ਕੋਲ ਪੁੱਛਦਾ ਹੈ, ਮੈਂ ਤਾਂ ਨਬੀਆਂ ਦੇ ਸਰਦਾਰ ਨਬੀ ਮੁਹੰਮਦ ਨੂੰ ਮਿਲਣਾ ਹੈ। ਉਸ ਵਕਤ ਤੂੰ ਬੜੀ ਦੇਰ ਨਾਲ ਆਇਆ, ਦੁਨੀਆਂ ਤੋਂ ਟੁਰ ਗਏ। ਉਸ ਵਕਤ ਜਾਨ ਨਸ਼ੀਨ ਕੌਣ ਹੈ? ਉਸ ਵਕਤ ਇਹੋ ਤਾਂ ਇਹ ਜਿਹੜਾ ਉਹ ਸਾਹਮਣੇ ਬੈਠਾ ਹੈ। ਆਪਣੇ ਆਪ ਨੂੰ ਤਾਂ ਲੱਗਦਾ ਤਾਂ ਨਹੀਂ, ਪਰ ਵਹਿੰਦਾ ਹਾਂ ਰਸੂਲ ਦਾ ਜੋ ਹੁਕਮ ਹੈ। ਇੰਨੀਆਂ ਬੰਦੀਆਂ ਨੂੰ ਕਰਾਸ ਕਰੇਂ ਦੋਇਆ, ਉਸ ਤਖ਼ਤ ਵਾਲੇ ਦੇ ਕੋਲ ਆਇਆ, ਸਾਹਮਣੇ ਰਸੂਲ ਦੀ ਲਿਖੀ ਹੋਈ ਤਹਰੀਰ ਰੱਖੀ, ਉਸ ਤਹਰੀਰ ਪੜ੍ਹੀ, ਉਹਨੂੰ ਪਸੀਨਾ ਲਾਏ ਪਈਆ। ਉਹਦੇ ਇਹ 100 ਉੱਠ ਅਤੇ 2 ਕੁਹਾਂਡਾ ਅਤੇ ਹੀਰੇ ਜਵਾਹਰਾਤ ਨਾਲ ਲੜੇ ਹੋਏ ਆ। ਪਹਿਲੀ ਤਾਂ ਗੱਲ ਇਹ ਵੀ ਅਰਬ ਦੀ ਧਰਤੀ 'ਤੇ 2 ਕੁਹਾਂਡਾ ਉੱਠ ਕੋਈ ਨਹੀਂ, ਬੈਤੁਲ ਮਾਲ 'ਚ ਇਤਨਾ ਖਜ਼ਾਨਾ ਨਹੀਂ। ਹਿੱਕ ਲੜੀ ਵੰਨੇ ਤੂੰ 100 ਲਿਖਾਈ ਵਧਾਂ, ਜਿਹੜਾ ਅਗਲਾ ਜ਼ੁਲਮ ਕਰਾਈ ਵਧੇ ਬਈ ਜੰਨਤ ਦੀ ਰਸੀਦ ਤੈਨੂੰ ਕਹਿ ਆ ਕੇ ਅਸਾਂ ਰਸੀਦਾਂ ਦੇਣੇ ਆਏ। ਉਹ ਸਾਨੂੰ ਤਾਂ ਆਪਣਾ ਹੀ ਪਤਾ ਨਹੀਂ ਮਿਲਣੀਆਂ ਜਾਂ ਕੋਈ ਨਾ, ਇਹ ਤਾਂ ਤਕਰਾਰ ਸ਼ੁਰੂ ਆ ਜਾਂ ਮਸਜਿਦ ਨਬਵੀ ਦੇ ਦਰ ਤੋਂ ਸਲਮਾਨ ਦਾ ਗੁਜ਼ਰ ਹੋਇਆ। ਹਕਲ ਮਾਰ ਕੇ ਅਬੂ ਸਮਸਾਮ ਇਹਦੇ ਨਾਲ ਤਕਰਾਰ ਨਾ ਕਰ, ਅਸਲੀ ਜਾਂ ਨਸ਼ੀਨ ਦੇ ਦਰਵਾਜ਼ੇ ਤੇ ਘਿਰ ਵੰਨਿਆ। ਬਾਈ ਜਾਨ ਦੋਵੇਂ ਹਸਤੀਆਂ ਤੁਰਦੀਆਂ ਉਸ ਦਰਵਾਜ਼ੇ ਤੇ ਆ ਕੇ ਬਾਬਾ ਜੀ ਰੁਕ ਗਈਆਂ ਜਿੱਥੇ ਨਬੀ ਰੁਕ ਪੈਂਦਾ। ਅੰਦਰ ਦਸਤਕ ਨਾ ਹੀ ਦਿੱਤੀ, ਅੰਦਰੋਂ ਅਲੀ ਇਮਾਮ ਦਾ ਆਵਾਜ਼ ਆਏ, ਸਲਮਾਨ ਅਬੂ ਸਮਸਾਮ ਰੁਕ ਮੰਨੋ, ਮੈਂ ਅਲੀ ਆਂਦਾ ਪਈਆਂ। ਉਸ ਲਈ ਆਪਣੇ ਆਪ ਨੂੰ ਦੇ ਇਹ ਅਸਲੀ ਜਾਨ ਅਸ਼ੀ ਨੇ, ਜੇ ਮੈਨੂੰ ਡਿੱਠਾ ਹੀ ਨਹੀਂ ਮੇਰੇ ਨਾਂ ਤੋਂ ਹੀ ਵਾਕਿਫ ਹੈ। ਮੇਰੇ ਮੌਲਾ ਅਮੀਰ ਕਾਇਨਾਤ ਦਾ ਭਾਈ ਜਾਨ ਕਦਮ ਬਾਹਰ ਆਇਆ, ਅਬੂ ਸਮਸਾਮ ਕਦਮ ਬੋਸ ਹੋਏ, ਮੇਰੇ ਮੌਲਾ ਮੁਸਕਰਾ ਕੇ ਫਰਮਾਇਆ ਪਰੇਸ਼ਾਨ ਨਾ ਹੋ, ਆਖੇ ਤਾਂ ਇਨਾਮ ਹੋਣੇ ਦੇਵਾਂ। ਹੱਥ ਮੰਨ ਕੇ ਦੇ ਮੌਲਾ ਮਨ ਯਕੀਨ ਹੋ ਗਈ ਹੈ, ਜਾਂ ਨਸ਼ੀਨ ਤੁਸੋਂ ਹੁਣ ਤੁਹਾਡੀ ਮਰਜ਼ੀ ਦੀ ਗੱਲ ਹੈ, ਭਾਵੇਂ ਅੱਜ 'ਚ ਦੀ ਵੀ ਹੋ, ਭਾਵੇਂ ਦਮੀ 'ਚ ਦੀ ਵੀ ਹੈ, ਭਾਵੇਂ ਦਾ ਦੇ ਠਹਿਰ ਕੇ ਦੀਵੇ ਚਾਂ। ਮੇਰੇ ਮੌਲਾ ਫਰਮਾਇਆ ਨਹੀਂ ਨਹੀਂ, ਮੇਰਾ ਦਿਲ ਹੈ, ਤੂੰ ਇਤਨਾ ਸਫ਼ਰ ਕਰਕੇ ਆਇਆ, ਥੱਕੋ ਆਇਆ, ਅੱਜ ਰਾਤ ਕਯਾਮ ਕਰ, ਕੱਲ੍ਹ ਨਮਾਜ਼ ਜ਼ੁਹਰ ਤੋਂ ਬਾਅਦ ਰਸੂਲ ਦੀ ਲਿਖੀ ਹੋਈ ਤਹਰੀਰ ਮੁਤਾਬਿਕ ਮੈਂ ਅਲੀ ਤੈਨੂੰ ਇਨਾਮ ਦੇਸਾਂ। ਕੋਈ ਬੰਦੇ ਪਰੇਸ਼ਾਨ ਬੈਠੇ ਨੇ ਬਈ ਅੱਜ ਕਿਵੇਂ ਪੜਦਾ ਖਲਾ। ਰਸੂਲ ਦੀ ਲਿਖੀ ਹੋਈ ਤਹਰੀਰ ਮੁਤਾਬਿਕ ਤੈਨੂੰ ਇਨਾਮ ਦੇਸਾਂ। ਅੱਲਾ ਜਾਣਦਾ ਹੈ, ਸਲਮਾਨ ਦੇ ਪਾਸੇ ਦੇਖ ਕੇ ਫਰਮਾਇਆ ਮਦੀਨੇ ਦੇ ਹਰ ਦਰਵਾਜ਼ੇ 'ਤੇ ਵੰਨ, ਹਰ ਬੰਦੇ ਨੂੰ ਮੇਰਾ ਪੈਗਾਮ ਦੇ, ਕੱਲ੍ਹ ਨਮਾਜ਼ ਜ਼ੁਹਰ ਤੋਂ ਬਾਅਦ ਪਹਾੜੀ ਦੇ ਦਾਮਨ 'ਚ ਇਕੱਠੇ ਹੋਵਣ, ਜੇ ਕਦਾ ਹੀ ਨਾ ਡਿੱਠੀ ਹੋਵੇ ਅਲੀ ਦੀ ਸਖਾਵਤ। ਬਿਸਮਿਲਲਾ ਕਰਾਂ, ਸਲਾਮਤ ਰਹੋ ਬਾਈ, ਜ਼ਿੰਦਗੀਆਂ ਦਰਾਜ਼ ਹੋਣ। ਜਨਾਬ ਸਲਮਾਨ ਨੇ ਭਾਈ ਜਾਨ ਹਰ ਬੰਦੇ ਨੂੰ ਮੌਲਾ ਦਾ ਪੈਗਾਮ ਦਿੱਤਾ। ਸਾਰੀ ਰਾਤ ਮਦੀਨੇ ਵਾਲੇ ਦੀ ਔਖੀ ਗੁਜ਼ਰੀ। ਇਹ ਇੱਕ ਮੈਨੂੰ ਆਦੇ ਰਹੇ ਬਈ 100 ਉੱਠ ਅਤੇ 2 ਕੁਹਾਂਡਾ, ਉਹ ਤਾਂ ਹੈ ਹੀ ਕੋਈ ਨਾ, ਅਤੇ 100 ਉੱਠ ਤਾਂ ਬੜੀ ਗੱਲ ਹੈ, ਅਲੀ ਦਾ ਤਾਂ ਆਪਣਾ ਹੀ ਕੋਈ ਨਹੀਂ। ਰਾਤ ਬੜੀ ਔਖੀ ਗੁਜ਼ਰੀ ਦੇ ਹੋਇਆ ਭਾਈ ਜਾਨ, ਮਦੀਨੇ ਦੇ ਬੰਦੇ ਪਹਾੜੀ ਦੇ ਦਾਮਨ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ। ਅੱਲਾ ਜਾਣਦਾ ਇਦੋਂ ਬੰਦੇ ਇਕੱਠੇ ਹੋਏ, ਉਦੋਂ ਬਤੂਲ ਦੇ ਦਰਵਾਜ਼ੇ ਤੋਂ 4 ਹਸਤੀਆਂ ਟੁਰ ਪਈਆਂ। ਸਲਾਮਤ ਰਹੋ ਭਾਈ, ਸਲਾਮਤ ਰਹੋ। ਜਨਾਬ ਸਲਮਾਨ, ਜਨਾਬ ਅਬੂ ਸਮਸਾਮ, ਮੇਰੇ ਮੌਲਾ ਅਮੀਰ ਕਾਇਨਾਤ ਅਤੇ ਉਹਦਾ ਵੱਡਾ ਪੁੱਤਰ ਅਮੀਰ ਹਸਨ,
بھائی جان جدا پہاڑی دے دامن وچ پہنچے تے مولا مسکرا کے فرمایا ابو سمسام ہون تو دس انعام میں دیواں یا میرا بیٹا حسن دےوے. بسم اللہ کرو, سلامت رہو بھائی, سلامت رہو. ہاتھ بن گیا تھا مولا میں تو انعام چاہیے بھاویں تسا چ دیو بھاویں تہاڈے بیٹا چ دےوے. اللہ جانتا ہے میرے مولا میر کائنات نے بھائی جان دو رکعت نماز پڑھی, نماز پڑھن دے بعد میرے مولا فرمایا حسن بیٹا ابو سمسام نو پہاڑی دے دامن چ لئی ون, اتھے فلاں رنگ دا ایک پتھر ہے اون سلام دےویں, او ہٹ ویسی وچ رسی زہر سی, او رسی چاہ کے ابو سمسام دے ہتھاں تے رکھے جا, اگوں دی مرضی دی گل ہے مدینے آوے یا اپنے وطن یمن ٹر ونے. میرے مولا حسن بادشاہ ابو سمسام نو نال لے کے ٹر پئے, جدوں پہاڑی دے دامن چے اس پتھر دے کول آ کے بابے دا سلام دتا, پتھر ہٹ گیا وچ رسی زہر ہوئی, رسی چا کے ابو سمسام دے ہتھاں تے رکھی. میرے مولا فرمایا ابو سمسام دنیا ساریاں گلاں تینوں میرے بابے کیتیاں نے, ایک گل میری یاد رکھیں. ہاتھ بن گیا تھا مولا تہاڈی کیڑی گل ہے؟ میرے مولا فرمایا اے اٹھاں دی مہار تینوں مل گئی ہے, ہن بھاویں تو ہک دیں ٹوریں, بھاویں دو دیں ٹوریں, بھاویں دہ دیں ٹوریں, بھاویں مہینہ ٹوریں, بھاویں چھ مہینے ٹوریں, بھاویں سال ٹوریں, بھاویں ساری زندگی ٹوریں, گل میری یاد رکھیں, پچھاں بھاویں تے نہ ویکھیں. سلامت رہو بھائی, سلامت رہو. اللہ جانتا ہے رسی چھک کے ٹریا پچھوں اٹھ دا اٹھ ایک بہر آیا, اس دے گھر ٹلی آئی. ابو سمسام پچھوں دا ویکھنا کوئی نہیں, اونوں پتہ لگ گیا با پہلا اٹھ بہر آ گیا, وت دوجی ٹلی کھڑکی اس دو اٹھ گنیا, وتریجی کھڑکی اس تریا گنیا, چوتھا گنیا, پنجواں گنیا, کافی سفر ابو سمسام کر گیا, 170 اٹھ گنے. جسے 170 اٹھ گنے وت اسلے اپنے آپ دیں پیچھے ویکھن تو سہی صرف ٹلیاں ودیاں کھڑکدیاں نہیں, یہ اٹھ آدھے پے. جو ہی ابو سمسام پیچھا ڈٹھا تو میرے مولا فرمایا ابو سمسام بھول گیا ہے میں جی تینوں آخیا پیچھا نہ ویکے, میں تو دہ دیں مہینہ چھ مہینے سال تیری زندگی کی گل کی آئی, ابو سمسام تو قیامت تائیں ٹرد رہے ویندو پیچھا بائیں تے نہ ویندو تے میرے بابے علی دی سخاوت جاری رہے. مولا حسین تو سلامت رکھے, سخی بادشاہ تو رنگ لاوے. اے اجازت ہوئے تو میں جناب نے پیارا جی قصیدہ سناواں, مولا حسین زندگی دراز کرے. قصیدہ ایک نواں جی ہے, ہر ذاکر ہر مدا خان ہر معصوم دا قصیدہ پڑھدا ہے, جڑا میں قصیدہ پڑھن لگا او میں مولا حسین بادشاہ دے گھوڑے دا ہے, میں حسین دے رہوار دا قصیدہ پڑھن لگا. اے شہادت ہے امام حسین تو بعد شمر کا مینہ بے شمار لانا دے. امام حسین دے رہوار دے کول آیا, آکھن لگا تو بھی بڑا دلیر ہے, تیرے سائیں بھی بڑے دلیر ہیں, کچھ اپنا تعارف تو کرا. چیئے میانیا لیوں میدان کربلا کھلو کے جڑا ذل جناح نے مرتجز نے اپنا تعارف کرایا, قصیدہ سناوا ہے سارے دی توجہ. میں اس کی سواری بنا ہوں جہاں میں اس کی سواری بنا ہوں جہاں میں, میں اس کی سواری بنا ہوں جہاں میں, میں اس کی سواری. سلامت رہو بھائی, زندگی دراز ہوے تہاڈیاں, میں اس کی سواری بنا ہوں جہاں میں, اس کی سواری بنا ہوں جہاں میں, اس کی سواری بنا ہوں جہاں میں, وہ جس کی سواری محمد بنا ہے. سلامت رہو بھائی, زندگی دراز ہو, میں اس کی سواری بنا ہوں جہاں میں, میں اس کی سواری بنا
ना हूँ जहाँ में, ओ मैं उसकी सवारी बना हूँ जहाँ में, वो जिसकी सवारी मोहम्मद बना है, करूँ फख्र क्यों ना मैं दोनों जहाँ में, दोनों जहां में मेरे साथ तो सही अदा की दुआ है। सलामत रहो, जिंदगी दराज। ये देखा दा इतना तारुफ करा, तेरा अबाई वतन केड़ा है, तेरा खानदान कैसा है, तू आए कितों, जोल जना देख क्या दा है, सारिया गल्ला नहीं सुनेंदा, तेनू आखरी वाली गल सुनावे लगा केड़ा, मेरा पैदम पहला हवेली में आया, मेरा तवज्जो भाई हवेली में आया, मुझे पाकिस्तान गले से लगा, सलामत रहो भाई, सलामत रहो, सलामत, बिस्मिल्लाह करें, बिस्मिल्लाह करें कि मैं भाई है, मेरा कदम पहला हवेली में आया, मेरा कदम पहला हवेली में आया, मुझे पंज तले गले से लगाया, बताऊं तुझे मैं शान क्या है, बताओ तुझे मैं मेरी शान क्या है, गाजी कनौत उम्र में वफा है। सलामत रहो, जिंदगी दराज होवे, रवार इस दे पासे रे क्या दा है, इस तो वड्डी होर तेनू अजमत कड़ी दसा, होर केड़ा छान दसा, केड़ा मकाम दसा, केड़ा बई वो चादर के जैसे को कोई छो न पाया, वो चादर के जैसे तवज्जो भाई कोई छो न पाया, मुझे उसमें जारा न दाना खिलाया। सलामत रहो, जिंदगी दराज अमन की मैं भाई, वो चादर के जैसे को कोई तवज्जो भाई पाया, वो चादर के जैसे को मुझे उसमें जारा मेरे पास वक्त भाई कुरान में भी मेरा तज़करा है, वो कुरान में भी मेरा तज़करा है, मेरे कदमों की खाक खाके शफा है। सलामत रहो, जिंदगियां दराज होवे, अल्लाह जानदा है जुलजना देख के आंदा है, ए नाख मेरे सरदार शहीद हो गए, मेरे सरदार टुर गए, उन्नत आपने लड़ी ना जंग, अगर मैं मेरा दिल चाहे तो मैं भी जंग लड़ सकदा, अद तू किवें लड़ से, जुलजना इस दे पास रेकिया दे, मुझे कर इजाजत ये सरदार देता, मुझे कर इजाजत भाई ये सरदार देता, तेरे सारे लश्कर को मैं मार देता, याल याल जिंदगी दराज हो, सलामत रहोगे मैं भाई, मुझे कर इजाजत ये सरदार देता, मुझे कर इजाजत ये सरदार देता, तेरे सारे लश्कर को मैं मार देता, गजब मेरा सारा अरब जानता है, हो गजब मेरा सारा
رب جانتا ہے میرے قبضے میں ہی تمہاری قضا ہے. ایک قصیدہ جناب نو ہور سناواں اے اجازت سناواں قصیدہ تھکے تو نہیں بیٹھے سلامت رہو مولا حسین تو سلامت رکھے جی بابا میں ادھا کچھ نہیں میرے وطن دا ذاکر حسن رضا ہاشم رسول دی دین نو ہور رنگ لوے پورے ملک دا ذاکر میں اجازت نال قصید میں جو کوئی نہیں اٹھی مل دیا ذاکر یہ میرا احترام کریں در میں سید ہاں میری غریب سیدزادی میری بچی بیمار ہے بول نہیں سکتی توڑے ملتان آئی ہوئی ہے میں شوگر دا مریض ہاں بلڈ دا مریض ہاں صدر رضا جعفری یہ نازم ممبر ایسے میں نے نیاز دیتی ہے میں غریب سید پاک بطول دے ناتے ایدی دیاں تیاں دے نات میری غریب سیدزادی وست مدد کرو اندی عزت اندی احترام رسول دیتی عطا فرمی مولا رنگ لے میری زندگی علی ہے میری بندگی علی ہے 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 چل تارے آگ وچ کت روشنی علی ہے کیوں مسلے تے نال تیرا نام یا علی تینوں کردا ایک باوی سلام یا علی سلامت رہو بھائی سلامت رہو زندگی دراز ہوئے سارا کی دائے پوری کائنات امیر کائنات دی نلائن دے تلے ہار شیا سنی نو کرے حسنین دے بابے دا مگر ہے وہ جڑا ولائے علی دل وچ رکھدا ہے سارے نوکراں دی گل نہیں سار چاہو تے ایک نوکر دی گل سناواں وچ گلیاں بازار کر دائے بے شمار سارے موجیاں نو آکھے تیرا مسم دماغ شاباش 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 یالی یالی زندگی ہوئے بھائی زندگی ہوئے بھائی کی میں بھائی ہیں ویچ گلیاں بیدار کر دائے بے شمار جارے بھولیاں نو آگے تیرا میرے سمیتی مار بھاوے کٹا نا زبان سرے آم یا علی تیرا سونے تے بولے گا غلام یا علی
ਪਈਆਂ ਹੱਥ ਰੱਖ ਕੇ ਸਿਮਰ ਦੇ ਉਹ ਖੰਜਰ ਦੇ ਵਿੱਚ ਕੀਤੀ ਮਿੰਨਤ ਹੁਸੈਨ ਦੀ ਧੀਏ ਉਹ ਕਿਉਂ ਪਿਆਸਾ ਕੋਂਦਾ ਏ ਦੱਸਦਾ ਸਹੀ ਮੇਰੇ ਪਿਓ ਦੀ ਕਹੀ ਗੱਲ ਕੀ ਨੌਕਰਾਂ ਬਾਬਾ ਨੌਕਰਾਂ ਲੱਖ ਵਾਰੀ ਬੜਾ ਮੈਂ ਬਿਸਮਿਲਾ ਕਰ ਜੀ ਬਿਸਮਿਲਾ ਕਰ ਜੀ ਬਿਸਮਿਲਾ ਕਰ ਸੈਣ ਰਾਜ਼ੀ ਉਹਨੇ ਬਈ ਹੁਸੈਨ ਦੀ ਮਾਂ ਰਾਜ਼ੀ ਹੁੰਦੀ ਬਿਸਮਿਲਾ ਕਰ ਜਵਾਨੀ ਨਸੀਬ ਹੋਈ ਜੀ ਨੌਕਰਾਂ ਨੌਕਰਾਂ ਰੱਖ ਕੇ ਸਿਮਰ ਦੇ ਉਹ ਖੰਜਰ ਦੇ ਵਿੱਚ ਕੀਤੀ ਮਿੰਨਤ ਹੁਸੈਨ ਦੀ ਧੀਏ ਉਹ ਕਿਉਂ ਪਿਆਸਾ ਕੋਂਦਾ ਏ ਦੱਸਦਾ ਸਹੀ ਮੇਰੇ ਪਿਓ ਦੀ ਕਹੀ ਗੱਲ ਵਾਹ ਭਾਈ ਵਾਹ ਵਾਹ ਭਾਈ ਬਿਸਮਿਲਾ ਕਰ ਮੈਂ ਬਿਸਮਿਲਾ ਕਰ ਹੁਸੈਨ ਰਾਜ਼ੀ ਉਹਨੇ ਹੁਸੈਨ ਦੀ ਮਾਂ ਜੀ ਹੱਥ ਨਹੀਂ ਮੰਨਣੇ ਭਾਈ ਹੱਥ ਨਹੀਂ ਮੰਨਣੇ ਲੱਖ ਵਾਰੀ ਪੜ੍ਹਾਂ ਹੱਥ ਰੱਖ ਕੇ ਸਿਮਰ ਦੇ ਉਹ ਖੰਜਰ ਦੇ ਵਿੱਚ ਕੀਤੀ ਮਿੰਨਤ ਹੁਸੈਨ ਦੀ ਧੀਏ ਉਹ ਕਿਉਂ ਪਿਆਸਾ ਕੋਂਦਾ ਏ ਦੱਸਦਾ ਸਹੀ ਮੇਰੇ ਪਿਓ ਦੀ ਕਹੀ ਗੱਲ ਬੀਬੀਆਂ ਦੀਆਂ ਜਿੰਦਾ ਕਲਮਾ ਪੜਦਾ ਏ ਉਹਦੀ ਧੀ ਦਾ ਪੁੱਤ ਕਰ ਖੌਫ ਦੁਸ਼ ਮਰ ਸਕੀ ਏ ਉਹ ਆਪੇ ਮਰ ਵੈਸੀ ਅੱਗੇ ਪਿਓ ਮੈਂ ਦੇਖੋ ਖਾ ਮੌਤ ਅਕਬਰ ਦੀ ਵਾਹ ਭਾਈ ਵਾਹ ਵਾਹ ਭਾਈ ਵਾਹ ਬਿਸਮਿਲਾ ਕਰਾਂ ਬਿਸਮਿਲਾ ਕਰਾਂ ਬਿਸਮਿਲਾ ਕਰਾਂ ਸਲਾਮਤ ਰਹੋ ਸੈਨ ਰਾਜ਼ੀ ਉਹਨੇ ਭਾਈ ਜਿਤਨੇ ਮੋਮਿਨ ਹੁਸੈਨ ਦੀ ਮਾਨ ਮੁਕਾਨ ਦੇ ਬਣਾਇਓ ਕਦੀ ਗੁਰੂ ਰੋਂਦਾ ਟੁਰ ਪਿਆ ਘਰ ਜਿਹੜੀ ਦੀਵਾਰ ਰੋਂਦਾ ਟੁਰਿਓ ਲੋਕ ਪੁੱਛਣੀ ਕਿਉਂ ਵਧਰੋ ਨਾ ਰੋ ਕੇ ਆਖੇ ਉਸ ਗਰੀਬ ਨੂੰ ਵਧਰੋਂਦਾ ਜਿਹਦੀ ਲਾਸ਼ ਤੇ ਬਹਿਣਾ ਨਹੀਂ ਰੁਣੀਆਂ ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਹੁਸੈਨ ਦੀ ਮਾਂ ਨੂੰ ਮੁਕਾਨ ਡੇਵਣਾ ਹੈ ਇਮਾਮ ਹੁਸੈਨ ਦਾ ਮਦਾ ਖਾਨ ਹੋ ਕੇ ਹੱਥ ਵੀ ਬੰਨ ਮਜਲਿਸ ਹੁਸੈਨ ਨੱਚ ਬਹਿ ਕੇ ਇਤਨੀ ਦੇਰ ਜ਼ਰੂਰ ਹੋਵੇ ਜਿਤਨੀ ਦੇਰ ਹੁਸੈਨ ਅਕਬਰ ਦੇ ਸੀਨੇ ਚ ਬਰਛੀ ਦਾ ਫਲ ਛਕਦੇ ਲੱਗੀ ਨਾ ਇਤਨਾ ਰੋ ਸਕਦਾ ਤਾਂ ਇਤਨੀ ਦੇਰ ਜ਼ਰੂਰ ਹੋਵੇ ਜਿਤਨੀ ਦੇਰ ਇਸ ਕਮੀ ਨੇ ਤੀਰ ਮਾਰਿਆ ਅਸਰ ਦੇ ਗੱਲੇ ਚ ਹੁਸੈਨ ਤੀਰ ਛਕਦਾ ਰਹੀ ਕੂਆ ਤੇ ਬਰਦਾਸ਼ਤ ਵੀ ਇਤਨੀ ਦੇਰ ਬਹਿ ਕੇ ਰੋਵੇ ਜਿਤਨੀ ਦੇਰ ਕਮੀ ਨਜ਼ਰ ਮਰਿੰਦਾ ਰਹੀ ਹੱਥ ਬਣ ਕੇ ਅੱਜ ਰਹੀ ਹੈ ਨਮਾਰ ਇੰਨਾ ਜ਼ਖਮੀ ਹੈ ਆਪੇ ਮਰਵਾ ਸੀ ਵਾਹ ਬਾਈ ਵਾਹ ਵਾਹ ਬਾਈ ਵਾਹ ਵਾਹ ਬਾਈ ਵਾਹ ਵਾਹ ਬਾਈ ਵਾਹ ਸੈਨ ਰਾਜ਼ੀ ਹੋਈ ਬਾਈ ਹੁਸੈਨ ਦੀ ਮਾਂ ਰਾਜ਼ੀ ਉਹਨੇ ਸੈਨ ਰਾਜ਼ੀ ਉਹਨੇ ਸੈਨ ਰਾਜ਼ੀ ਉਹਨੇ ਭਾਈ ਆਲਮ ਬਾਸ ਜਦੋਂ ਭੈਣਾਂ ਦੇ ਨਾਲ ਅੱਜਾ ਵਿਦਾ ਪਿਆ ਕਰੇਂਦਾ ਈ ਮੁਸਲਮਾਨ ਖੈਮਿਆਂ ਦੇ ਬਾਰੂ ਆ ਕੇ ਹੱਕਲ ਮਾਰ ਕੇ ਆ ਦਿਨ ਹੁਣ ਗਾਜ਼ੀ ਟੁਰ ਗਈ ਤਾਂ ਭੈਣਾਂ ਦਾ ਹੋਲਾ ਗੁਲੇ ਨਾ ਅੱਜਾ ਹੁਸੈਨ ਨਾਈ ਬੋਲਿਆ ਤਲੀਆਂ ਟੇਕ ਕੇ ਉੱਠੀਏ ਰੋ ਕੇ ਆਦੀਏ ਮੈਦਾਨ ਚ ਵਾਲ ਜੰਗ ਲੜ ਹੁਣ ਕੋਈ ਅਕਬਰ ਵੱਲ ਲਾਉਣਾ ਖੈਮੇ ਦੇ ਬਾਹਰ ਰੋਂਦਾ ਖੜਾ ਤੇ ਰੋ ਗਿਆ ਦੱਖੜਾ ਮੇਰਾ ਅਲੱਗ ਮਾਰਵੇ 18 ਬੀਰਾਵਾਂ ਦੀ ਭੈਣ ਕੱਲਿਆਂ ਵੀ ਆ ਛੁੜੇ ਨਾ ਮੇਰਾ ਅੱਲਾ
ਗਵਾਰਵੇਂ ਜੜੀਆਂ ਕਦਾਈਆਂ ਟੁਰੀਆਂ ਜਗਲਾਂ ਚ ਪਿਆ ਛੁੜੇ ਨਾ ਉੱਥੇ ਪਿਆ ਛੁੜੇ ਨਾ ਜਿੱਥੇ ਮੇਰੇ ਬਾਬੇ ਦੇ ਲੋਕ ਬਦਲੇ ਲਾਉਣੇ ਮੈਦਾਨ ਘਰ ਬਲਾ ਜਾ ਕੇ ਨੁਖਾ ਲੈ ਲਗੀਰ ਮਾਰ ਕੇ ਆਦਾ ਹੈ ਉਮਰ ਸਾ ਤੇਰਾ ਹੈਕ ਸਿਪਾਹੀ ਬਈ ਹੈਕ ਸਿਪਾਹੀ ਨਕੀਰ ਕਰਾ ਸਕਰੇ ਮੈਂ ਬਈਅਤ ਕਰੇ ਨਾ ਜਿਦਾ ਹੁਸੈਨ ਇਹ ਲਫਜ਼ਾ ਕਹਿੰਦੇ ਸਿਪਾਹੀ ਦੌੜਦਿਆਂ ਕਰੀਬ ਆਇਆ ਹੱਕਲ ਮਾਰ ਕੇ ਆਂਦਾ ਜੰਗੀਨ ਕਰਨਾ ਆਇਆ ਤਵਤ ਗਾਜ਼ੀ ਕਿਉਂ ਮਨਾਇਆ ਵਾਹ ਭਾਈ ਵਾਹ ਵਾਹ ਭਾਈ ਵਾਹ ਹੁਸੈਨ ਰਾਜ਼ੀ ਹੋਈ ਹੁਸੈਨ ਦੀ ਮਾਂ ਰਾਜ਼ੀ ਹੁੰਦੇ ਭਾਈ ਜੀ ਮੈਂ ਬਿਸਮਿਲ ਕਰ ਜੀ 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 ਬਿਸਮਿਲ ਕਰ ਜੀ ਬਿਸਮਿਲ ਕਰਾਂ ਪਹਿਲਾ ਜਮਾਨ ਲੜਦਾ ਹੀ ਵਧਾ ਤੇ ਰੋਂਦਾ ਹੀ ਵਧਾ ਡਰ ਖੇਮੇ ਤੂੰ ਭੈਣ ਹੋ ਗਿਆ ਦਿਖੜੀਏ ਜਿਹੜਾ ਤੁਸਾ ਹੈ ਭੁੱਖਾ ਲੜਦਾ ਸੋਹਣਾ ਵਧਾ ਹੈ ਦੂਏ ਖੇਮੇ ਚੋ ਆਜ਼ਾਦੀ ਪਈ ਆਈ ਤੇਰਾ ਤਾਂ ਸੋਹਣਾ ਵੱਧ ਲੜਦਾ ਮੇਰਾ ਹੱਥ ਮਲੇਂਦਾ ਟੁਰ ਗਈ ਹੈ ਪਹਿਲਾ ਪਹਿਲਾ ਹਮਲਾ ਕਰ ਗਿਆ ਤੇ ਕਿਉਂ ਨਜ਼ਰ ਨਹੀਂ ਆਂਦਾ ਮੇਰਾ ਅਕਬਰ ਦਾ ਕਾਤਿਲ ਮੈਦਾਨ ਕਰਬਲਾ ਜਾ ਮੇਰੇ ਗਾਜ਼ੀ ਦੇ ਬਾਜ਼ੂ ਕਲਮ ਕਰਨ ਵਾਲਾ ਇੱਕ ਸਿਪਾਹੀ ਦੀ ਗਰਦਨ ਤੇ ਹੁਸੈਨ ਤਲਵਾਰ ਰੱਖੀ ਆ ਹੱਥ ਬਣ ਕੇ ਆਦਾ ਹੈ ਅਕਬਰ ਦਾ ਕਾਤਲ ਛੋੜਾ ਹੈ ਗਾਜ਼ੀ ਦਾ ਛੋੜਾ ਹੈ ਮੈਂ ਤਾਂ 13 ਸਾਲਾਂ ਦਾ ਬਾਲ ਮਾਰਿਆ ਹੈ ਇਤਨਾ ਰੋਨਾ ਰੋਮਣ ਦੀ ਆਵਾਜ਼ ਭੈਣ ਖੇਮੇ ਸੁਣੀ ਆਦੇ ਰੋਂਦਾ ਕਿਉਂ ਹੈ ਆਦੇ ਕਾਸਿਮ ਦਾ ਕਾਤਲ ਆਦਾ ਹੈ ਮੈਂ 13 ਸਾਲਾਂ ਦਾ ਬਾਲ ਮਾਰਿਆ ਮੈਨੂੰ ਕਿਵੇਂ ਦੱਸਾਂ ਜੇ ਸਿਲ ਦਾ ਕਾਸਿਮ ਕੁੱਟਾਈ ਮੇਰੀ ਧੀ ਬੁਰਕਾ ਪਾਈ